ਨਵੇਂ ਹੀ ਟੈਂਟ ਕਾਨੂੰਨ ਦੇ ਵਿਰੋਧ ਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਵਿੱਚ ਡਰਾਈਵਰਾਂ ਨੇ ਹੜਤਾਲ ਰੱਖੀ ਹੋਈ ਹੈ। ਡਰਾਈਵਰਾਂ ਦੇ ਟੈਂਕਰ ਖੜੇ ਕਰ ਦਿੱਤੇ ਨੇ, ਜਿਸ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ। ਪੰਜਾਬ, ਹਰਿਆਣਾ ਪੈਟਰੋਲ ਪੰਪਾਂ ਦੇ ਵਿੱਚ ਤੇਲ ਦੀ ਸਪਲਾਈ ਹੁਣ ਅੱਧੀ ਰਹਿ ਗਈ ਹੈ। ਹੁਣ ਜਿਸ ਨੂੰ ਦੇਖਦੇ ਹੋਏ ਪੈਟਰੋਲ ਪੰਪਾਂ ਦੇ ਉੱਤੇ ਲੋਕ ਤੇਲ ਭਰਵਾਉਣ ਦੇ ਲਈ ਪਹੁੰਚ ਰਹੇ ਨੇ, ਜਿੱਥੇ ਲੰਮੀਆਂ ਲੰਮੀਆਂ ਕਤਾਰਾਂ ਲੰਘ ਮੈਂ ਤੁਸੀਂ ਵੇਖ ਸਕਦੇ ਹੋ। ਉੱਥੇ ਹੀ ਪੰਜਾਬ ਦੇ 4100 ਪੰਪਾਂ ਦੇ ਵਿੱਚੋਂ 30% ਪੰਪ ਕੱਲ ਰਾਤ ਹੀ ਖਾਲੀ ਹੋ ਚੁੱਕੇ ਸਨ। ਕਈ ਪੈਟਰੋਲ ਪੰਪਾਂ ਦੇ ਵਿੱਚ ਸਿਰਫ ਇੱਕ ਦਿਨ ਦਾ ਤੇਲ ਬਚਿਆ ਜਿਹੜਾ ਅੱਜ ਸ਼ਾਮ ਤੱਕ ਵਿਕ ਜਾਵੇਗਾ। ਅੰਮ੍ਰਿਤਸਰ ਦੇ ਵਿੱਚ ਵੀ ਕੁਝ ਅਜਿਹੇ ਹੀ ਹਾਲਾਤ ਵੇਖਣ ਨੂੰ ਮਿਲਦੇ ਨੇ, ਜਿੱਥੇ ਲਗਭਗ ਅੱਧੇ ਤੋਂ ਜ਼ਿਆਦਾ ਤੇਲ ਦੇ ਪੰਪ ਖਾਲੀ ਹੋ ਚੁੱਕੇ ਨੇ। ਦੇਖੋ ਜੀ, ਬਹੁਤ ਤੰਗੀ ਆ ਰਹੀ ਸਾਨੂੰ, ਤਾਂ ਪਹਿਲਾਂ ਪਤਾ ਨਹੀਂ ਸੀਗਾ ਜਦੋਂ ਅਸੀਂ ਜੋ ਪੰਪ ਤੇ ਆਏ, ਫੇਰ ਹੀ ਸਾਨੂੰ ਪਤਾ ਲੱਗਾ ਵੀ ਪੰਪ ਤੇ ਹੜਤਾਲ ਹੋਈ ਆ ਨਾ, ਬਹੁਤ ਮੁਸ਼ਕਿਲ ਆ ਰਹੀ ਆ। ਪਹਿਲਾਂ ਪਤਾ ਨਹੀਂ ਸੀ ਤੇਲ ਹੁਣ ਨਹੀਂ ਪਊਗਾ ਤੇ ਬੱਚੇ ਕਿੱਦਾਂ ਘਰਾਂ 'ਚ ਪਹੁੰਚਾਵਾਂਗੇ। ਹੁਣ ਇਸ ਵਕਤ ਬੱਸਾਂ ਦੇ ਵਿੱਚ ਬਿਲਕੁਲ ਤੇਲ ਨਹੀਂ, ਤੇਲ ਨਹੀਂ ਹੁਣ ਜਦੋਂ ਥੋੜਾ ਰਹਿ ਜਾਂਦਾ ਕਦੇ ਗੇੜੇ ਦਾ ਫੇਰ ਹੀ ਪਹੁੰਚਣਾ ਆਈਦਾ ਖਾਲੀ ਕਰਕੇ। ਹਾਂਜੀ, ਤੇ ਹੁਣ ਨਹੀਂ ਆ ਪਊਗਾ ਤੇ ਬੱਚੇ ਕਿੱਦਾਂ ਘਰਾਂ 'ਚ ਪਹੁੰਚਾਉਣੇ, ਕਿੱਦਾਂ ਸਵੇਰੇ ਕਿੱਦਾਂ ਚੱਕਣੇ ਆ। ਸਰਕਾਰ ਤੋਂ ਬਾਅਦ ਕੀ ਲੱਗਦਾ ਸੀਗਾ ਕਿ ਲੋਕ ਜ਼ਿਆਦਾ ਸੁਖੀ ਹੋ ਜਾਣਗੇ ਜਾਂ ਜ਼ਿਆਦਾ ਜਿਹੜੀਆਂ ਸੁਵਿਧਾਵਾਂ ਮਿਲਣਗੀਆਂ, ਕੁਛ ਏਦਾਂ ਦਾ ਹੈ? ਹਾਂਜੀ, ਉਮੀਦ ਤਾਂ ਪੂਰੀ ਸੀਗੀ ਇਹਨਾਂ ਤੋਂ, ਪਰ ਮਿਲਿਆ ਕੁਛ ਵੀ ਨਹੀਂ। ਮਿਲਿਆ ਕੀ ਸਾਨੂੰ ਕੁਛ ਵੀ ਨਹੀਂ, ਜਿੱਦਾਂ ਲਾਰੇ ਲਾਉਂਦੇ ਆ ਇਹ ਬੁਢੇਪਾ ਪੈਨਸ਼ਨਾਂ ਲੱਗੀਆਂ ਸੀ, ਇਹਨਾਂ ਪ੍ਰਧਾਨ ਨੇ ਕਿਹਾ ਸੀ ਵੀ ਤੁਹਾਡੀ 2500 ਪੈਨਸ਼ਨ ਕਰਾਂਗੇ ਬੁਢੇਪੇ ਵਾਲਿਆਂ ਦੀ, ਉਹ ਨਹੀਂ ਕੀਤੀ। ਕੋਈ ਏਦਾਂ ਦੀਆਂ ਕਈ ਮੇਰੀ ਹੈਗੀ ਆ 70 ਦੇ ਲੱਗੇ, ਕੋਈ ਪੈਨਸ਼ਨ ਵਗੈਰਾ ਨਹੀਂ ਲੱਗੀ, ਨਹੀਂ ਲੱਗੀ ਹੈ ਪੈਨਸ਼ਨ। ਯਾਨੀ ਕਹਿੰਦੇ ਸੀ ਵਧਾਵਾਂਗੇ ਤੇ ਵਧਾਈ ਨਹੀਂ, ਵਧਾਈ ਨਹੀਂ, ਵਧਾਈ ਨਹੀਂ। ਹਾਂਜੀ, ਤੁਸੀਂ ਕੀ ਕਿਹੜਾ ਚਾਹੁੰਦੇ ਜੀ? ਇਹੀ ਆ ਵੀ ਚਲੋ ਖੁੱਲਣਾ ਚਾਹੀਦਾ ਇਹ, ਸਾਡਾ ਵੀ ਚਲੋ ਕੰਮ ਰੁਜ਼ਗਾਰ ਆ ਸਾਡਾ ਵੀ, ਬੱਚੇ ਪਾਲਦੇ ਆ। ਅੱਛਾ, ਮੰਨ ਲਓ ਜੇ ਤੁਹਾਡਾ ਕੋਈ ਤੇਲ ਦਾ ਜਿਹੜਾ ਕੁਝ ਨਹੀਂ ਹੁੰਦਾ ਪ੍ਰਬੰਧ, ਤਾਂ ਫਿਰ ਕੰਮ ਬੰਦ ਹੋ ਜਾਏਗਾ ਤੁਹਾਡਾ ਵੀ? ਬੰਦ ਹੀ ਆ ਜੀ, ਫਿਰ ਪੁੱਛੇ ਸਾਨੂੰ ਤਨਖਾਹ ਕਿਵੇਂ ਦੇਣੀ ਆ? ਘਰ ਬੈਠਿਆਂ ਤਾਂ ਕੋਈ ਦਿੰਦਾ ਨਹੀਂ ਦੇਖੋ ਅੱਜ ਕੱਲ੍ਹ ਨਾ, ਜਾਂ ਤੇਲ ਗੱਡੀ 'ਚ ਨਹੀਂ, ਬੱਚੇ ਹੀ ਲਿਆ ਨਹੀਂ ਸਕਦੇ, ਛੱਡਣ ਨਹੀਂ ਜਾ, ਬੱਚਿਆਂ ਨੂੰ ਵੀ ਪ੍ਰੋਬਲਮ, ਘਰ ਵਾਲਿਆਂ ਨੂੰ ਵੀ ਪ੍ਰੋਬਲਮ, ਪਿੰਡ ਸਾਨੂੰ ਵੀ ਹਨਾ, ਸਾਰਿਆਂ ਨੂੰ ਤੇ ਸਾਨੂੰ ਵੀ ਪ੍ਰੋਬਲਮ, ਸਾਨੂੰ ਵੀ ਪ੍ਰੋਬਲਮ, ਟੀਚਰਾਂ ਨੂੰ, ਇਹ ਸਾਰੀ ਪ੍ਰੋਬਲਮ ਵੱਧ ਜੂਗੀ। ਸਕੂਲ ਵੀ ਬੰਦ ਹੋ ਜਾਏਗਾ ਜਿਹੜੇ, ਤਾਂ ਚਲੋ ਆਪਣੇ ਵਹੀਕਲ ਤੇ ਆਉਂਦੇ ਉਹ ਤਾਂ ਆ ਜਾਣਗੇ। ਬਿਲਕੁਲ, ਬੱਚੇ ਹੁਣ ਠੰਡ 'ਚ ਬੈਠੇ ਉਡੀਕਦੇ ਰਹਿਣਗੇ ਵਿਚਾਰੇ, ਉਹਨੇ ਪਿੰਡ 'ਚ ਲੈ ਖੜੇ ਰਹਿੰਦੇ, ਬਾਹਰ ਠੰਡ 'ਚ ਉਹ ਖੜੇ ਰਹਿ ਜਾਣਗੇ, ਫਿਰ ਜਾਊਗਾ। ਕਿੰਨੀਆਂ ਬੱਸਾਂ ਲੈ ਕੇ ਆਇਓ? ਅਸੀਂ 3 ਬੱਸਾਂ ਲੈ ਆਏ। ਬਾਈ ਜੀ, ਡੀਜ਼ਲ ਜਿਹੜਾ ਖਤਮ ਹੋ ਚੁੱਕਾ? ਖਤਮ ਹੋ ਚੁੱਕਾ। ਕਿੰਨਾ ਕੁ ਸੀਗਾ? 2000 ਲੀਟਰ ਸਟਾਕ। ਹਾਂ, ਉਸਕੇ ਬਾਅਦ ਫਿਰ ਤੁਹਾਨੂੰ ਬਾਅਦ ਵਿੱਚ ਪਤਾ ਲੱਗਾ ਜਾਂ ਪਹਿਲਾਂ ਪਤਾ ਲੱਗਾ ਕਿ ਹੜਤਾਲ ਵਗੈਰਾ ਜਿਹੜੀ ਚੱਲ ਰਹੀ ਹੈ? ਪੈਟਰੋਲ ਵੀ ਖਤਮ ਹੋਣ ਵਾਲਾ ਜਾਂ ਕਿੱਦਾਂ? ਪੈਟਰੋਲ ਤਾਂ ਚੱਲੇਗਾ ਜੀ। ਹਾਂ, ਕਿੰਨਾ ਕੁ ਟਾਈਮ ਚੱਲ ਸਕਦਾ? 4-5 ਘੰਟੇ ਚੱਲੇਗਾ। ਹਾਂਜੀ, 5-6 ਘੰਟੇ ਤੱਕ? 4-5 ਘੰਟੇ ਤੱਕ। ਭਾਅ ਜੀ, ਤੁਹਾਨੂੰ ਪਹਿਲਾਂ ਪਤਾ ਸੀ ਸਟ੍ਰਾਈਕ ਦਾ ਵੀ, ਸਟ੍ਰਾਈਕ ਹੈ ਡੀਜ਼ਲ ਗੱਡੀ ਜਾਂ ਪੈਟਰੋਲ? ਡੀਜ਼ਲ। ਡੀਜ਼ਲ ਆਪਾਂ ਦੇਖੀਏ ਕਿ ਜ਼ਿਆਦਾ, ਮੈਂ ਅਸੀਂ ਪਿੱਛੇ ਵੀ ਗੱਲਬਾਤ ਕਰਦੇ ਆਏ ਹਾਂ ਤਾਂ ਡੀਜ਼ਲ ਜਿਹੜਾ ਪੈਟਰੋਲ ਪੰਪ ਦੇ ਵਿੱਚ ਖਤਮ ਹੋ ਚੁੱਕਾ, ਤੋ ਕਿੰਨਾ ਕੁ ਫਰਕ ਪੈ ਰਿਹਾ ਕੰਮ ਨੂੰ? ਕੰਮ ਨੂੰ ਭਾਜੀ ਸਾਰੇ ਕੰਮ ਕਾਰ ਛੱਡ ਕੇ ਅਸੀਂ ਪੈਟਰੋਲ ਪੰਪ ਤੁਰੇ ਹੋਏ ਹਾਂ, ਡੀਜ਼ਲ ਪੰਪ ਤੁਰੇ ਹੋਏ ਹਾਂ, ਸਾਹਮਣੇ ਆ ਜੋ ਰੱਖ ਪਿਆ ਹੋਇਆ। ਬਿਲਕੁਲ 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 ਜੀ, ਅੱਗੇ ਵੀ ਗੱਲਬਾਤ ਕਰਦੇ ਹਾਂ। ਸੋ ਆਟੋ ਚਾਲਕ ਜਿਹੜਾ ਇਹਨਾਂ ਦਾ ਕੰਮ ਹੀ ਸਾਰਾ ਪੈਟਰੋਲ ਦਾ ਡੀਜ਼ਲ ਤੇ ਹੁੰਦਾ, ਸੋ ਅਗਲ ਕਿੰਨਾ ਕੁ ਜਿਹੜਾ ਫਰਕ ਪੈ ਰਿਹਾ ਕੰਮ ਨੂੰ? ਬਹੁਤ ਜ਼ਿਆਦਾ ਫਰਕ ਪੈ ਰਿਹਾ ਜੀ। ਪਹਿਲਾਂ ਪਤਾ ਸੀਗਾ ਸਟ੍ਰਾਈਕ ਦਾ? ਨਹੀਂ ਜੀ, ਸਵੇਰੇ ਪਤਾ ਲੱਗਾ। ਹਾਂ, ਕਿਉਂਕਿ ਤੁਹਾਡਾ ਤਾਂ ਕੰਮ ਹੀ ਤੋਰੇ ਫੇਰੇ ਵਾਲਾ ਚੱਲਦਾ ਹੀ, ਜਾਂ ਡੀਜ਼ਲ ਜਾਂ ਪੈਟਰੋਲ ਤੇ ਆ, ਸੋ ਕੀ ਲੱਗਦਾ ਕਿ ਕੰਮ ਠੱਪ ਹੋ ਜਾਏਗਾ? ਠੱਪ ਹੀ ਆ ਜੀ, ਦੇਖ ਲਓ ਸਵੇਰ ਦੇ ਲੱਗੇ ਹੋਏ ਲਾਈਨ 'ਚ। ਹਾਂ, ਸਵੇਰ ਤੇ ਲੱਗੇ ਆ? ਕਿੰਨੇ ਵਜੇ ਤੇ? 3-4 ਪੰਪ ਘੁੰਮ ਕੇ ਆ ਗਏ ਆ। ਕਿੱਧਰ ਨਹੀਂ ਮਿਲਿਆ, ਇੱਥੇ ਮਿਲਿਆ ਆ ਕੇ? ਇੱਥੇ ਵੀ ਹੁਣ ਦੇਖੋ ਮਿਲਦਾ ਕਿ ਨਹੀਂ ਮਿਲਦਾ। ਸੋ ਕਾਫੀ ਜਿਹੜਾ ਕੰਮ ਨੂੰ ਨੁਕਸਾਨ ਹੋ ਰਿਹਾ, ਇੱਧਰ ਵੀ ਦੇਖ ਸਕਦੇ ਹੋ ਕਿ ਬਾਈ ਜੀ ਵੀ ਕਦੋਂ ਤੇ ਜਿਹੜੇ ਲਾਈਨ ਦੇ ਵਿੱਚ ਖੜਿਆ। ਬਾਈ ਜੀ, ਕਿੰਨਾ ਕੁ ਸਮਾਂ ਹੋ ਚੁੱਕਿਆ ਇੱਥੇ ਖੜੇ ਹੋ ਤੁਹਾਨੂੰ? 15 ਮਿੰਟ ਹੋ ਗਏ। 15 ਮਿੰਟ ਹੋ ਗਿਆ? ਡੀਜ਼ਲ ਤੇ ਗੱਡੀ ਕਿ ਪੈਟਰੋਲ? ਡੀਜ਼ਲ। ਡੀਜ਼ਲ ਡੀਜ਼ਲ ਆਪਾਂ ਦੇਖੀਏ, ਡੀਜ਼ਲ ਜ਼ਿਆਦਾ ਜਿਹੜਾ ਹਨਾ ਪੰਪ ਦੇ ਵਿੱਚ ਖਤਮ ਹੋ ਰਿਹਾ, ਖਤਮ ਹੋ ਚੁੱਕਾ। ਹਾਂਜੀ ਹਾਂਜੀ, ਤੇ ਲੱਗਦਾ ਕਿ ਵਾਰੀ ਆ ਜਾਏਗੀ? ਆਏਗੀ ਆਏਗੀ ਸਰ। ਤੇ ਕੰਮ ਕਿਹੜਾ ਤੁਹਾਡਾ? ਮੈਂ ਸ਼ੂਜ਼ ਬਣਾਤਾ ਹੂੰ, ਲੇਦਰ ਫੈਕਟਰੀ। ਤੇ ਕਿੰਨਾ ਕੁ ਲੱਗਦਾ ਕਿ ਜੇ ਪੈਟਰੋਲ ਜਿੱਦਾਂ ਮੰਨ ਲਓ ਜਾਂ ਡੀਜ਼ਲ ਅੱਜ ਖਤਮ ਹੋ ਜਾਂਦਾ ਤਾਂ ਕਿੰਨਾ ਕੁ ਫਰਕ ਪਊਗਾ ਕੰਮ ਨੂੰ? ਪੜੇਗਾ ਸਰ, ਕੈਸੇ ਆਏਗੇ ਵਾਪਸ, ਕੰਮ ਪੇ ਕੈਸੇ ਜਾਏਗੇ?
ਭਾਜੀ ਪਹਿਲਾਂ ਪਤਾ ਸੀਗਾ ਵੀ ਜਿਹੜੀ ਸਟ੍ਰਾਈਕ ਜਿਹੜੀ ਹੋ ਰਹੀ ਆ? ਨਹੀਂ ਨਹੀਂ ਪਹਿਲਾਂ ਨਹੀਂ। ਕਦੋਂ ਪਤਾ ਲੱਗਾ? ਅਭੀ ਹੁਣੇ ਪਤਾ ਲੱਗਾ ਜੀ। ਹਾਂ, ਕਿੰਨੇ ਕੁ ਦਿੱਕਤ ਆ ਸਕਦੀ ਆ ਜੋ ਦੋ ਤਿੰਨ ਦਿਨ ਤੇਲ ਜਿਹੜਾ ਤੁਹਾਨੂੰ ਨਾ ਮਿਲਿਆ? ਕਾਫੀ ਦਿੱਕਤ ਆਏਗੀ, ਬਹੁਤ ਜ਼ਿਆਦਾ ਦਿੱਕਤ ਆ ਸਕਦੀ। ਲੇਬਰ ਨੂੰ ਤਾਂ ਬਹੁਤ ਜ਼ਿਆਦਾ ਤੰਗੀ ਹੋਏਗੀ ਆਉਣ ਜਾਣ ਵਾਸਤੇ। ਹਾਂਜੀ, ਕੁਛ ਕਹਿਣਾ ਚਾਹੋਗੇ ਸਰਕਾਰ ਨੂੰ? ਨਹੀਂ ਬਸ ਜੀ। ਭਾਈ ਜੀ ਕੀ ਲੱਗਦਾ ਵੀ ਕਿੰਨੀ ਕੁ ਦਿੱਕਤ ਆਉਣ ਵਾਲੇ ਸਮੇਂ ਦੇ ਵਿੱਚ? ਭਾਈ ਦਿੱਕਤ ਦਿੱਕਤ ਯਾਰ, ਮਾਰਕੀਟਿੰਗ ਲਾਈਨ ਦਾ ਕੰਮ ਆ, ਉਹਦਾ ਕੰਮ ਸਾਰਾ ਠੱਪ ਹੈਗਾ ਆ। ਸਹੀ ਹੈ ਨਾ, ਹੁਣ ਸਾਡਾ ਕੰਮ ਮਾਰਕੀਟਿੰਗ ਲਾਈਨ ਦਾ, ਤੇਲ ਨਾਲ ਤੋਰੇ ਫੇਰੇ ਦਾ ਕੰਮ ਹੈ, ਤੋਰੇ ਫੇਰੇ ਦਾ ਕੰਮ ਹੈਗਾ। ਤਕਰੀਬਨ ਦਾ ਕਿੱਥੇ ਜਾਏਗਾ, ਘੁੰਮ ਫਿਰ ਕੇ ਸਾਰਾ ਕੰਮ ਕਰਨਾ ਹੈ। ਤੇ ਪਹਿਲਾਂ ਪਤਾ ਸੀਗਾ ਵੀ ਸਟ੍ਰਾਈਕ ਜਿਹੜੀ ਹੋਈ ਆ? ਨਹੀਂ ਭਾਈ, ਤੁਹਾਨੂੰ ਨਹੀਂ ਪਤਾ। ਕਦੋਂ ਪਤਾ ਲੱਗਾ? ਸਵੇਰੇ ਪਤਾ, ਸਵੇਰੇ ਪਤਾ ਲੱਗਾ ਜੀ। ਤੇ ਹੁਣ ਫੁੱਲ ਕਰਾਉਂਗੇ ਟੰਕੀ? ਹਾਂਜੀ ਭੈਣੀ, ਕਰਾਉਣੇ। ਕੁਝ ਸਰਕਾਰ ਨੂੰ ਕਿਹੜਾ ਚਾਹੋਗੇ, ਕਿਉਂਕਿ ਸਰਕਾਰ ਗਾਂ ਮੰਗਾਂ ਨਹੀਂ ਪੂਰੀਆਂ ਕਰਦੀ ਤਾਂ ਗਾਂ ਜਿਹੜਾ ਫਿਰ ਧਰਨਾ ਲੱਗ ਜਾਂਦਾ। ਕੀ ਕਹਿ ਸਕਦੇ ਭਾਈ, ਨਿਕੰਮੀਆਂ ਸਰਕਾਰਾਂ ਹੈ। ਸਹੀ ਹੈ ਨਾ। ਇੱਧਰ ਗੱਲਬਾਤ ਕਰਦੇ ਆ ਜੀ, ਤੁਹਾਨੂੰ ਕਦੋਂ ਪਤਾ ਲੱਗਾ ਜੀ ਵੀ ਹੜਤਾਲ ਹੋਈ ਆ? ਸਰ ਸਵੇਰੇ ਅਖਬਾਰ ਚ ਪੜਿਆ ਜੀ। ਅੰਦਾਜ਼ਾ ਤਾਂ ਹੋ ਗਿਆ ਸੀਗਾ ਕਿ ਇੱਕ ਪ੍ਰੋਬਲਮ ਆ ਸਕਦੀ ਹੈਗੀ ਆ, ਕਿਉਂਕਿ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਕਿ 10 ਸਾਲ ਦੀ ਸਜ਼ਾ ਕੈਦ ਹੋ ਸਕਦੀ, ਸਜ਼ਾ ਹੋ ਸਕਦੀ ਹੈਗੀ ਆ। ਇਹਨਾਂ ਨੂੰ ਡਰਾਈਵਰ ਦਾ ਵੀ ਸੋਚਣਾ ਚਾਹੀਦਾ, ਜਿਹੜਾ ਬੰਦਾ ਹੁਣ ਕਿਤੇ ਨਜਾਇਜ਼ ਵੀ ਹੋ ਸਕਦੀ ਹੈਗੀ ਆ ਡਰਾਈਵਰ ਨਾਲ। ਦੋਨੋਂ ਪਾਸੇ ਪੱਖ ਰੱਖ ਕੇ ਅਗਲੇ ਨੂੰ ਇਸ ਤਰ੍ਹਾਂ ਵਿਚਲਾ ਰਸਮ ਮਿਡਲ ਰਸਤਾ ਕੱਢਣਾ ਚਾਹੀਦਾ ਹੈਗਾ, ਤਾਂ ਕਿ ਕਿਸੇ ਨੂੰ ਪ੍ਰੋਬਲਮ ਨਾ ਆਵੇ। ਹੁਣ ਆਹ ਪ੍ਰੋਬਲਮ ਆ ਗਈ ਨਾ, ਜਦੋਂ ਦਾ ਇਹ ਲੋਕ ਆਏ ਆ, ਬੇੜਾ ਗਰਕ ਹੋ ਰਿਹਾ ਹਿੰਦੁਸਤਾਨ ਦਾ, ਬਸ ਇੰਨਾ ਪਤਾ। ਤੁਰੇ ਫਿਰੇ ਦਾ ਕੰਮ ਤੁਹਾਡਾ ਵੀ ਆਫਿਸ ਏਦਾਂ ਹੀ ਆ ਸਰ, ਤੁਰੇ ਫਿਰੇ ਬਗੈਰ ਗੁਜ਼ਾਰਾ ਇੰਨਾ ਹੀ। ਇੱਥੋਂ ਦੀ ਉੱਥੇ ਛੋਟਾ ਕੰਮ ਵੀ ਕਰਨਾ, ਤਾਂ ਐਕਟੀਵਾ ਦਾ ਮੋਟਰਸਾਈਕਲ। ਮੰਨ ਲਓ ਜੇ ਪੈਟਰੋਲ ਪੰਪ ਤੋਂ ਵੀ ਇੱਥੇ ਆਪਾਂ ਦੇਖਦੇ ਵੀ ਲਿਮਿਟਿਡ ਤੇਲ ਹੋਏਗਾ, ਡੀਜ਼ਲ ਹੋਏਗਾ, ਲਿਮਿਟਿਡ ਹੋਏਗਾ, ਸ਼ਾਮ ਤੱਕ ਮੁੱਕ ਜਾਣਾ, ਸ਼ਾਮ ਤੱਕ ਮੁੱਕ ਜਾਣਾ, ਤੇ ਉਸ ਤੋਂ ਬਾਅਦ ਫਿਰ ਕੰਮ ਵੀ ਕੰਮ ਕਾਰ ਠੱਪ। ਇਹ ਕਿੱਦਾਂ ਕਰਨੇ? ਪੈਟਰੋਲ ਦੇ ਬਗੈਰ ਤਾਂ ਗੁਜ਼ਾਰਾ ਹੀ ਨਹੀਂ, ਪੈਟਰੋਲ ਗੈਸ ਇਹਨਾਂ ਬਗੈਰ ਗੁਜ਼ਾਰਾ ਹੈ ਨਹੀਂ। ਤੇ ਕਿਤੇ ਨਾ ਕਿਤੇ ਉਹ ਵੀ ਲੋਕ ਹੁਣ ਦੇਖਦੇ ਹੋਣੇ ਆ ਵੀ ਅਸੀਂ ਸਹੀ ਵਕਤ ਨੂੰ ਦੇਖਦੇ ਹੋਏ ਜਿਹੜੇ ਇਲੈਕਟ੍ਰੋਨਿਕ ਵਾਹਨ ਨੇ ਉਹ ਵਗੈਰਾ ਲੈ ਲੈਣੇ। ਬਿਲਕੁਲ ਸਰ, ਤੁਹਾਡੀ ਗੱਲ ਸਹੀ ਹੈਗੀ ਆ। ਹੁਣ ਇਹ ਚੀਜ਼ਾਂ ਸੋਚਣ ਵਾਲੀਆਂ, ਹਾਂ ਸੋਚੀਆਂ ਨੀ ਨਾ ਸੀਗੀਆਂ ਕਿ ਇਹ ਪ੍ਰੋਬਲਮ ਵੀ ਆ ਸਕਦੀ। ਇਲੈਕਟ੍ਰਿਕ ਨੈਚੁਰਲੀ ਉਹ ਸਹੀ ਰਹਿਣਗੇ, ਉਹ ਚਾਰਜ ਕੀਤੀ ਹੈ ਚੰਗਾ ਟਾਈਮ ਕੱਢ ਜਾਏਗੀ। ਤੁਸੀਂ ਵੀ ਦਿਹਾੜੀਦਾਰ ਹੋ, ਤੁਹਾਨੂੰ ਪਤਾ ਸੀ ਪਹਿਲਾਂ ਵੀ ਹੜਤਾਲ ਹੋਣ ਵਾਲੀ ਹੈ, ਕਦੋਂ ਪਤਾ ਲੱਗਾ? ਮੈਨੂੰ ਹੁਣੇ ਪਤਾ ਲੱਗਾ। ਹਾਂ ਭਾਜੀ, ਕਿੰਨਾ ਕੁ ਸਟਾਕ ਜਿਹੜਾ ਜਮਾ ਪੈਟਰੋਲ ਪੰਪ ਦੇ ਵਿੱਚ ਹਲੇ, ਪੈਟਰੋਲ ਦਾ ਜਾਂ ਫਿਰ ਡੀਜ਼ਲ ਦਾ, ਕਿੰਨਾ ਕੁ ਚੱਲ ਸਕਦਾ? ਡੀਜ਼ਲ ਜਰਾ ਨਹੀਂ ਹੈ, ਪੈਟਰੋਲ ਹੈ 5000। ਡੀਜ਼ਲ ਖਤਮ ਹੋ ਚੁੱਕਾ, ਪੈਟਰੋਲ ਕਿੰਨਾ ਕੁ? 5000 ਲੀਟਰ। ਹਾਂਜੀ, 5000 ਲੀਟਰ ਹੈ। 5000 ਲੀਟਰ ਕਿੰਨਾ ਕੁ ਸਮਾਂ ਚੱਲ ਸਕਦਾ, ਕਿੰਨੇ ਘੰਟੇ? ਇਹ ਅੱਜ ਪੂਰਾ ਦਿਨ ਚੱਲੀ ਜਾਣਾ। ਪੂਰਾ ਦਿਨ ਚੱਲ ਸਕਦਾ? ਹਾਂਜੀ। ਲੋਕ ਕਿੰਨੇ ਕੁ ਵਾਪਸ ਮੁੜੇ ਨੇ ਡੀਜ਼ਲ ਵਾਲੇ, ਕਿੰਨਾ ਕੁ ਘਾਟਾ ਪਿਆ ਤੁਹਾਨੂੰ ਕੰਮ ਦਾ? ਮਹਾਰਾਜ ਕੱਲ ਖਾਮੇ ਤੋਂ ਮੁੜਨਾ ਚੱਲ ਹੋਏ ਡੀਜ਼ਲ।